ਸੋ ਅੱਜ ਦੀ ਵੀਡੀਓ ਆਸਟ੍ਰੇਲੀਆ ਨੂੰ ਲੈ ਕੇ ਤਾਂ ਅਸੀਂ ਬਣਾ ਰਹੇ ਆ ਪਰ ਇਹ ਉਹਨਾਂ ਸਟੂਡੈਂਟਸ ਲਈ ਕਈ ਤਰ੍ਹਾਂ ਦੇ ਜਵਾਬ ਲੈ ਕੇ ਆ ਰਹੀ ਹੈ ਜਿਨ੍ਹਾਂ ਦੇ ਸਵਾਲ ਸਾਡੇ ਕੋਲ ਨੇ ਕਿ ਆਸਟ੍ਰੇਲੀਆ ਹੁਣ ਅਸੀਂ ਅਪਲਾਈ ਕਰੀਏ ਤਾਂ ਪ੍ਰੋਸੈਸ ਕਿਵੇਂ ਦਾ ਚੱਲ ਰਿਹਾ ਹੈ ਕਿ ਥੋੜਾ ਆਸਟ੍ਰੇਲੀਆ ਸਟ੍ਰਿਕਟ ਮੋਡ ਤੇ ਤਾਂ ਨਹੀਂ ਚੱਲ ਰਿਹਾ ਪਹਿਲਾਂ ਤਾਂ ਇਹ ਕਲੀਅਰ ਕਰ ਦਈਏ ਸਮੂਥ ਪ੍ਰੋਸੈਸ ਜ਼ਰੂਰ ਚੱਲਦਾ ਹੈ ਆਸਟ੍ਰੇਲੀਆ ਦਾ ਫਿਲਹਾਲ ਸੋ ਸਟੂਡੈਂਟਸ ਚੰਗੇ ਢੰਗ ਨਾਲ ਅਪਲਾਈ ਕਰਨ ਤਾਂ ਵੀਜ਼ਾ ਜ਼ਰੂਰ ਮਿਲ ਸਕਦਾ ਪਰ ਵੀਜ਼ਾ ਮਿਲਣ ਦੇ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਸਭ ਤੋਂ ਪਹਿਲਾਂ ਤਾਂ ਸਟੂਡੈਂਟ ਦਾ ਹੁਣ ਇਹ ਵੀ ਸ ਵਿੱਚ ਐਡਮਿਸ਼ਨ ਲਈਏ ਤਾਂ ਜਲਦੀ ਕਲੀਅਰ ਹੋ ਜਾਂਦਾ ਸਾਰਾ ਪ੍ਰੋਸੈਸ ਔਰ ਉਸ ਤੋਂ ਬਾਅਦ ਆਰਟਸ ਵਾਲੇ ਸਟੂਡੈਂਟਸ ਨੇ ਸਵਾਲ ਲਗਾਤਾਰ ਨੇ ਕਿ ਕੀ ਕਿਸ ਤਰ੍ਹਾਂ ਦਾ ਫਿਊਚਰ ਅਸੀਂ ਆਰਟਸ ਵਾਲੇ ਸਟੂਡੈਂਟ ਜਿਹੜੇ ਆ ਆਸਟ੍ਰੇਲੀਆ ਵਿੱਚ ਦੇਖ ਸਕਦੇ ਆ ਸੋ ਆਰਟਸ ਵਿੱਚ ਕਿਵੇਂ ਤੁਸੀਂ ਅੱਗੇ ਵਧਣਾ ਚਾਹੋ ਤਾਂ ਆਸਟ੍ਰੇਲੀਆ ਵਿੱਚ ਸਟੱਡੀ ਵੀਜ਼ਾ ਲੈ ਸਕਦੇ ਹੋ ਕਿਨਾਂ ਲਈ ਆਪਸ਼ਨਸ ਹੈ ਔਰ ਕਿਨਾਂ ਲਈ ਆਪਸ਼ਨਸ ਨਹੀਂ ਹੈ ਇਹ ਵੀ ਅੱਜ ਤਾਂ ਉਹਨਾਂ ਦੇ ਕਿ ਪੁਆਇੰਟ ਜ਼ਰੂਰ ਕਲੀਅਰ ਕਰਾਂਗੇ ਰਿਕੁਆਇਰਮੈਂਟਸ ਨੂੰ ਲੈ ਕੇ ਵੀ ਸਵਾਲ ਹਲੇ ਤੱਕ ਵੀ ਸਾਡੇ ਕੋਲ ਬਣੇ ਹੋਏ ਨੇ ਗ੍ਰੈਜੂਏਸ਼ਨ ਵਾਲੇ ਸਟੂਡੈਂਟਸ ਨੇ ਮਾਸਟਰਸ ਵਾਲੇ ਨੇ ਸੋ ਇਹ ਵੀ ਅੱਜ ਤੋ ਅਸੀਂ ਕਲੀਅਰ ਕਰਾਂਗੇ ਹਾਲਾਂਕਿ ਅਸੀਂ ਕਈ ਵਾਰ ਪਹਿਲਾਂ ਵੀ ਇਸ ਉੱਪਰ ਵੀਡੀਓਜ਼ ਲੈ ਕੇ ਆਏ ਆਂ ਪਰ ਜਿਵੇਂ ਜਿਵੇਂ ਸਾਨੂੰ ਸਟੂਡੈਂਟਸ ਦੇ ਸਵਾਲ ਆਉਂਦੇ ਨੇ ਅਸੀਂ ਉਵੇਂ ਹੀ ਵੀਡੀਓਜ਼ ਦੇ ਜ਼ਰੀਏ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆਂ ਸੋ ਢੇਰ ساری ਇਨਫੋਰਮੇਸ਼ਨ ਲਈ ਤਿਆਰ ਹੋ ਜਿਓ ਜੀ ਸਵਾਗਤ ਹੈ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਅੱਜ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਕ੍ਰੀਏਟਿਵ ਫਿਚਰ ਕੰਸਲੈਂਸ ਦਾ ਤੋਂ ਵੀਜ਼ਾ ਐਕਸਪਰਟ ਗੁਰਪ੍ਰੀਤ ਕੌਰ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਗੁਰਪ੍ਰੀਤ ਜੀ ਪਾ ਮੰਨिए ਕਿੰਨੇ ਟਾਈਮ ਦੇ ਵਿੱਚ ਵੀਜ਼ਾ ਲੱਗ ਰਿਹਾ ਹਰਜੋਤ ਜੀ ਤੁਹਾਡੀ ਗੱਲ ਦਾ ਵੀ ਮੈਂ ਜਵਾਬ ਦਵਾਂਗੀ ਤੇ ਮੈਂ ਥੋੜਾ ਜਿਹਾ ਬਰੀਫਿੰਗ ਦੇਣਾ ਚਾਹੁੰਦੀ ਲਾਈਵ ਸੈਸ਼ਨ ਦੀ ਮੇਰੀ ਨਾ ਬੱਚਾ ਐਡਮਿਸ਼ਨ ਕਰਾ ਲਈ ਹੁੰਦੀ ਹੈ ਜੀਟੀ ਕਲੀਅਰ ਕਰ ਰਿਆ ਹੁੰਦਾ ਹੈ ਫਾਈਲ ਲਾਂਚਮੈਂਟ ਲਈ ਰੈਡੀ ਹੁੰਦੀ ਆ ਬੱਚਾ ਉਦੋਂ ਮੈਨੂੰ ਪੁੱਛਦਾ ਮੈਮ ਕਾਲਜ ਦਾ ਲੈਵਲ 3 ਦਾ ਹੈ ਕੀ ਸக்ஸੈਸ ਰੇਟ ਰਹੂਗਾ ਸਾਰਾ ਵਰਕਆਊਟ ਹੋਣ ਤੋਂ ਬਾਅਦ ਮੈਂ ਇਹ ਨਹੀਂ ਬੋਲ ਸਕਦੀ ਕਿ ਤੁਸੀਂ ਹੁਣ ਫਾਈਲ ਪੁਟ ਆਨ ਨਾ ਕਰੋ ਠੀਕ ਹੈ ਜਿਹੜੇ ਪਾਰਟ ਤੁਹਾਡਾ ਪਹਿਲਾ ਵਾਲਾ ਉਹ ਜੇ ਤੁਸੀਂ ਲਾਸਟ ਕੁਐਸਚਨ ਪੁੱਟ ਅਪ ਕਰੋਗੇ ਜਦੋਂ ਸਾਰਾ ਜੀਟੀ ਕਲੀਅਰ ਕਰਨ ਤੋਂ ਬਾਅਦ ਪਤਾ ਨਹੀਂ ਫੰਡ ਬੱਚੇ ਨੇ ਕਿਵੇਂ ਅਰੇਂਜ ਕੀਤੇ ਆ ਕਿੱਥੋਂ ਪੈਸਾ ਅਰੇਂਜ ਕਰਕੇ ਕੀਤਾ ਤੇ ਮੈਂ ਉਹਨੂੰ ਕਹਾਂ ਨਹੀਂ ਨਹੀਂ ਲੈਵਲ 3 ਦੇ ਕਾਲਜ 'ਚ ਅਪਲਾਈ ਨਾ ਕਰ ਦੇਖੋ ਸਭ ਤੋਂ ਪਹਿਲਾਂ ਜਿਹੜਾ ਆਸਟ੍ਰੇਲੀਆ ਦਾ ਸਿਨੈਰੀਓ ਕੀ ਆ ਆਪਾਂ ਉਹਨੂੰ ਜਾਣਨ ਦੀ ਕੋਸ਼ਿਸ਼ ਕਰੀਏ ਲੈਵਲ 3 ਦੇ ਕਾਲਜ ਦੇ ਵੀਜ਼ਾ ਨਹੀਂ ਨਿਕਲਦੇ ਸਭ ਤੋਂ ਜਿਹੜੀ ਮਾਰਕੀਟ ਦੇ ਵਿੱਚ ਵੱਡੀ ਨਿਊਜ਼ ਇਸ ਟਾਈਮ ਜਿਹੜੀ ਹਮੇਸ਼ਾ ਫੈਲਾਈ ਗਈ ਆ ਲੈਵਲ 3 ਜਦੋਂ ਦਾ ਲੈਵਲ ਦੇ ਵਿੱਚ ਡਿਵਾਈਡ ਹੋਇਆ ਲੈਵਲ 3 ਦੇ ਕਾਲਜ ਦੇ ਵਿੱਚ ਐਡਮਿਸ਼ਨ ਕਰਾਉਣਾ ਬਹੁਤ ਵੱਡੀ ਗੱਲ ਨਹੀਂ ਆ ਐਡਮਿਸ਼ਨ ਹੋ ਗਈ ਆ ਇਹਦਾ ਇਹ ਮਤਲਬ ਨਹੀਂ ਵੀਜ਼ਾ ਨਹੀਂ ਆਊਗਾ ਸਭ ਤੋਂ ਜ਼ਰੂਰੀ ਆ ਤੁਹਾਡਾ ਏਰੀਆ ਲੈਵਲ 3 ਦਾ ਕਾਲਜ ਜਿਹੜਾ ਉਹ ਕਿਹੜੇ ਏਰੀਆ 'ਚ ਪੈ ਰਿਹਾ ਤੇ ਤੁਹਾਡੀ ਕੋਰਸ ਸਿਲੈਕਸ਼ਨ ਕੀ ਆ ਦੋ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਲੈਵਲ 3 ਦੇ ਕਾਲਜ ਦੇ ਵਿੱਚ ਛੱਡ ਕੇ ਤੁਸੀਂ ਲੈਵਲ 1 ਦੇ ਕਾਲਜ ਯੂਨੀਵਰਸਿਟੀ ਦੇ ਵਿੱਚ ਵੀ ਐਡਮਿਸ਼ਨ ਲੈ ਕੇ ਨਾ ਕੋਰਸ ਗਲਤ ਸਿਲੈਕਟ ਕਰ ਲਿਆ ਵੀਜ਼ਾ ਨਹੀਂ ਨਿਕਲਣਾ ਇਸ ਕਰਕੇ ਇਹ ਚੀਜ਼ਾਂ ਦਾ ਆਪਾਂ ਧਿਆਨ ਦਈਏ ਸਿਨੈਰੀਓ ਸਾਰਾ ਦੇਖਣ ਤੋਂ ਬਾਅਦ ਆਪਾਂ ਇੱਕ ਡਿਸੀਜਨ ਤੇ ਪਹੁੰਚਿਆ ਕਰੀਏ ਜਿਸ ਟਾਈਮ ਤੁਹਾਡਾ ਕਾਲਜ ਤੁਸੀਂ ਸਿਲੇਕਟ ਕਰ ਰਹੇ ਹੁੰਦੇ ਆ ਦੇਖੋ ਉਸ ਟਾਈਮ ਸਾਨੂੰ ਇਹ ਚੀਜ਼ ਡਿਸਾਈਡ ਕਰਨੀ ਚਾਹੀਦੀ ਆ ਖੁੱਲ ਕੇ ਆਪਣੇ ਕੰਸਲਟੈਂਟ ਨਾਲ ਗੱਲ ਕਰੋ ਕਿ ਮੈਨੂੰ ਜਿਹੜੇ ਕਾਲਜ ਚ ਪਾ ਰਿਹਾ ਐ ਤੂੰ ਇਹ ਲੈਵਲ 1 ਦਾ ਐ ਲੈਵਲ 2 ਦਾ ਐ ਲੈਵਲ 3 ਦਾ ਤੇ ਇੱਥੇ ਗੱਲ ਕਲੀਅਰ ਕਰੋ ਅਸੀਂ ਤਾਂ ਕਹਾਂਗੇ ਤੁਸੀਂ 3 ਵਾਲੇ ਚ ਲੈਵਲ 1 ਵਾਲੇ ਕਾਲਜ ਚ ਵੀ ਕਿਉਂ ਜਾਣਾ ਤੁਸੀਂ ਯੂਨੀਵਰਸਿਟੀ ਅਪਲਾਈ ਕਰਕੇ ਜਾਓ ਬਟ ਡਿਪੈਂਡ ਹੋਣ ਜਦੋਂ ਤੁਹਾਨੂੰ ਲੈਵਲ 3 ਦੇ ਕਾਲਜ ਦੇ ਵਿੱਚ ਤੁਹਾਡਾ ਕੰਸਲਟੈਂਟ ਪਾ ਰਿਹਾ ਹੈ ਰੀਜ਼ਨ ਤਾਂ ਕੋਈ ਹੋਊਗਾ ਨਾ ਕੋਈ ਤਾਂ ਤੁਹਾਡੇ ਪ੍ਰੋਫਾਈਲ ਦੇ ਵਿੱਚ ਕਮੀ ਪੇਸ਼ੀ ਹੋਊਗੀ ਨਾ ਕੋਈ ਤਾਂ ਕਿਸੇ ਚੀਜ਼ ਕਰਕੇ ਤਾਂ ਉਹ ਕੰਪਰੋਮਾਈਜ਼ ਕਰ ਰਿਹਾ ਹੈ ਨਾ ਤਾਂ ਹੀ ਉਹ ਪਾਰਿਆ ਤੁਹਾਡੇ ਹੀ ਰਿਜੈਕਸ਼ਨ ਆਉਣ ਤੋਂ ਬਾਅਦ ਲੈਵਲ 3 ਦੇ ਕਾਲਜ ਵਿੱਚ ਪਾਉਣ ਦੇ ਲਈ ਉਹਦਾ ਕੋਈ ਬੈਨੀਫਿਟ ਨਹੀਂ ਹੋਣ ਵਾਲਾ ਕਿਸੇ ਵੀ ਕੰਸਲਟੈਂਟ ਦਾ ਇਹ ਚੀਜ਼ ਸਭ ਤੋਂ ਪਹਿਲਾਂ ਸੇ ਧਿਆਨ ਦੇ ਵਿੱਚ ਰੱਖੀਏ ਕਿ ਉਹ ਲੈਵਲ 3 ਦਾ ਕਾਲਜ ਤੁਹਾਨੂੰ ਦੇ ਰਿਹਾ ਤੁਸੀਂ ਤੁਹਾਨੂੰ ਲੱਗਦਾ ਉਹਨੇ ਮੈਨੂੰ ਚੇਪ ਦਿੱਤਾ ਲੈਵਲ 3 ਦਾ ਕਾਲਜ ਦੇ ਦਿੱਤਾ ਹੈ ਪਤਾ ਨਹੀਂ ਹੁਣ ਮੇਰੇ ਨਾਲ ਇਹ ਕਿਹੜੀ ਖੁੰਦਾ ਕੱਢ ਰਿਹਾ ਪਤਾ ਨਹੀਂ ਇਹਦਾ ਕੀ ਬੈਨੀਫਿਟ ਆ ਕਿਸੇ ਵੀ ਕੰਸਲਟੈਂਟ ਦਾ ਤੁਹਾਡੇ ਵੀਜ਼ਾ ਨਿਕਲਣ ਤੇ ਹੀ ਬੈ ਹੋ ਸਕਦਾ ਤੁਹਾਡੀ ਰਿਫਿਊਜ਼ਲ ਤੇ ਕਿਸੇ ਕੰਸਲਟੈਂਟ ਦਾ ਕੋਈ ਬੈਨੀਫਿਟ ਨਹੀਂ ਹੋ ਸਕਦਾ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਸਮਝ ਲਈਏ ਦੂਸਰੀ ਗੱਲ ਆ ਹਰਜੋਤ ਜੀ ਜਿਵੇਂ ਤੁਸੀਂ ਮੈਨੂੰ ਪੁੱਛ ਰਹੇ ਹੋ ਆਰਟਸ ਵਾਲੇ ਸਟੂਡੈਂਟਸ ਦੇ ਲਈ ਕੀ ਆਪਸ਼ਨਸ ਨੇ ਅਸੀਂ ਤਾਂ ਕਵਾਂਗੇ ਹਰਜੋਤ ਜੀ ਬੱਚੇ ਨੂੰ ਇੱਥੋਂ ਗ੍ਰੈਜੂਏਸ਼ਨ ਕਰਕੇ ਜਾਣਾ ਚਾਹੀਦਾ ਹਾਰਡ ਸਟੂਡੈਂਟ ਨੂੰ ਗ੍ਰੈਜੂਏਸ਼ਨ ਕਰਕੇ ਜਾਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਸਟਰੀਮ ਦਾ ਕਿਉਂ ਨਾ ਹੋਵੇ ਕਿਉਂਕਿ ਗ੍ਰੈਜੂਏਸ਼ਨ ਤੋਂ ਬਾਅਦ ਬੱਚੇ ਨੂੰ ਸਮਝ ਆ ਜਾਂਦੀ ਹੈ ਰਹਿਣ ਦੀ ਸਮਝ ਆ ਜਾਂਦੀ ਹੈ ਬੱਚੇ ਨੂੰ ਵੈਸੇ ਹੀ ਉਹਦਾ ਵਰਕ ਸਟਾਈਲ ਬਦਲ ਜਾਂਦਾ ਹੈ ਇੱਥੇ ਯੂਨੀਵਰਸਿਟੀ ਕਰਦਾ ਹੈ ਕਾਲਜ ਜਾਂਦਾ ਹੈ ਉਹਨੂੰ ਪਤਾ ਲੱਗਦਾ ਦੁਨੀਆਦਾਰੀ ਦਾ ਤੇ ਖਾਸ ਕਰਕੇ ਆਰਸ ਵਾਲਿਆਂ ਨੂੰ ਤਾਂ ਅਸੀਂ ਕਹਿੰਦੇ ਤੁਸੀਂ ਜਾਓ ਹੀ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਦੇ ਲਈ ਕਿਉਂਕਿ ਜੇ ਆਰਟਸ ਤੁਸੀਂ ਬੜੇ ਨੋਰਮਲ ਜਿਹੇ ਸਬਜੈਕਟ ਲੈ ਹੋਏ ਨੇ ਫਿਰ ਤੁਹਾਡਾ ਆਸਟ੍ਰੇਲੀਆ ਦੇ ਵਿੱਚ ਕੋਈ ਫਿਊਚਰ ਨਹੀਂ ਆ ਇਹ ਆਪਾਂ ਪਹਿਲਾਂ ਹੀ ਸੋਚ ਕੇ ਚੱਲੀਏ ਵੀਜ਼ਾ ਕੱਢਣਾ ਬਹੁਤ ਵੱਡਾ ਹੱਲ ਨਹੀਂ ਆ ਆਰਟਸ ਵਾਲੇ ਸਟੂਡੈਂਟ ਲਈ ਐਡਮਿਸ਼ਨ ਦੇਣ ਲਈ ਕਾਲਜ ਯੂਨੀਵਰਸਿਟੀਆਂ ਰੈਡੀ ਨੇ ਸਭ ਕੁਝ ਹੋ ਦੇਗਾ ਬਟ ਕੱਲ ਦਾ ਤੁਹਾਡਾ ਫਿਊਚਰ ਕੀ ਆ ਡ੍ਰੀਮਸ ਕੀ ਆ ਜਿਹੜਾ ਆਪਾਂ ਇੱਥੇ ਆਪਣੀ ਇੱਕ ਕਵਰਿੰਗ ਲੈਟਰ ਬਣਾਉਣੀ ਆ ਆਸਟ੍ਰੇਲੀਆ ਦੇ ਵਿੱਚ ਉਹ ਬਹੁਤ ਇੰਪੋਰਟੈਂਟ ਹੁੰਦੀ ਆ ਬਹੁਤ ਵੱਡਾ ਰੋਲ ਪਲੇ ਕਰਦੀ ਆ ਤੁਹਾਡਾ ਵੀਜ਼ਾ ਗ੍ਰਾਂਟ ਕਰਾਂ ਚ ਫਿਰ ਆਪਾਂ ਕੰਸਲਟੈਂਟ ਦੀ ਜ਼ਿੰਮੇਵਾਰੀ ਦਿੰ ਮੈਂ ਕਿ ਨਹੀਂ ਪਲੱਸ 2 ਜਿਹੜੇ ਨਾਰਮਲ ਸਬਜੈਕਟ ਨਾਲ ਬੱਚਾ ਇੱਥੇ ਕਰ ਰਿਹਾ ਉਹਨੂੰ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਲੈਣੀ ਚਾਹੀਦੀ ਐ ਇੱਕ ਤਾਂ ਮੈਚਉਰਿਟੀ ਆ ਜਾਏਗੀ ਬੱਚੇ ਦੇ ਅੰਦਰ ਇੱਕ ਜਿਹੜਾ ਨਾਰਮਲ ਸਬਜੈਕਟ ਨਾਲ ਕਰ ਰਿਹਾ ਬਟ ਬੱਚਾ ਹਾਈ ਉਹਦਾ ਡ੍ਰੀਮ ਨਹੀਂ ਹੋਊਗਾ ਬਹੁਤ ਜ਼ਿਆਦਾ ਕਿ ਉਹ ਇੰਨੀ ਲੈਵਲ ਤੇ ਨਹੀਂ ਸੋਚੂਗਾ ਮੈਂ ਉੱਥੇ ਜਾ ਕੇ ਇਹ ਕਰਨਾ ਹੈ ਇਹ ਕਰਨਾ ਇਸ ਕਰਕੇ ਉਹਨੂੰ ਇੰਨਾ ਕ ਕਲੀਅਰ ਹੋ ਜਾਊਗਾ ਐਮਬੀਏ ਤੱਕ ਮੈਂ ਕਰਨਾ ਕੀ ਆ ਕਿਉਂਕਿ ਪਲੱਸ 2 ਤੱਕ ਉਹਨੇ ਨਾਰਮਲ ਸਬਜੈਕਟ ਲਏ ਹੋਏ ਆ ਉਹਨੂੰ ਕਲੀਅਰ ਨਹੀਂ ਉਹਨੇ ਕਰਨਾ ਕੀ ਆ ਬਾਕੀ ਆਰਟਸ ਵਾਲੇ ਸਟੂਡੈਂਟ ਨੂੰ ਕੋਈ ਐਡਮਿਸ਼ਨ ਨਹੀਂ ਤੋਂ ਮਨਾਨੀਆ ਪਲੱਸ 2 ਵਾਲੇ ਸਟੂਡੈਂਟ ਨੂੰ ਸਾਡੇ ਵੱਲੋਂ ਕੋਈ ਮਨਾ ਨਹੀਂ ਆ 2020 ਪਾਈ ਪਾਸ ਆਊਟ ਬੱਚਾ ਲਈ ਅਕਤੂਬਰ ਇਨਟੇਕ ਲਾਸਟ ਆਪਸ਼ਨ ਹੈਗੀ ਆ ਤੁਸੀਂ ਆਪਣਾ ਅਪਲਾਈ ਕਰਕੇ ਜਾ ਸਕਦੇ ਹੋ ਜਿਨ੍ਹਾਂ ਦਾ ਬਹੁਤ ਜ਼ਿਆਦਾ ਗੈਪ ਆ ਉਹਨਾਂ ਦੇ ਲਈ ਵੀ ਸਾਡੇ ਕੋਲ ਆਪਸ਼ਨ ਹੈਗੀ ਆ ਉਹ ਵੀ ਬੱਚੇ ਅਪਲਾਈ ਕਰਕੇ ਸਾਡੇ ਕੋਲ ਕਲਚਰ ਪ੍ਰੋਗਰਾਮ ਦੇ ਵਿੱਚ ਜਾ ਸਕਦੇ ਨੇ ਗੱਲ ਹੈ ਕਿ ਆਸਟ੍ਰੇਲੀਆ ਗੈਪ ਨੂੰ ਲੈ ਕੇ ਸੀਰੀਅਸ ਆ ਫੜ ਨੂੰ ਲੈ ਕੇ ਸੀਰੀਅਸ ਆ ਉਹ ਚੀਜ਼ਾਂ ਆਪਾਂ ਆਪਣੇ ਧਿਆਨ ਦੇ ਵਿੱਚ ਰੱਖਣੀਆਂ ਔਰ ਇੱਕ ਲਾਈਵ ਸੈਸ਼ਨ ਲੈਂਦੇ ਲੈਂਦੇ ਮੈਨੂੰ ਬੜੇ ਸਵਾਲ ਆਉਂਦੇ ਆ ਮੈਂ ਟਰਾਈ ਕਰ ਰਹੀ ਹਾਂ ਸੌਰੀ ਮੈਂ ਜ਼ਿਆਦਾ ਟਾਈਮ ਲੈ ਰਹੀ ਹਾਂ ਤੁਹਾਡਾ ਤੇ ਉਹਦੇ ਵਿੱਚ ਬੜੇ ਸਵਾਲ ਆਉਂਦੇ ਆ ਕੀ ਮੈਮ ਫੰਡ ਕਿੰਨੇ ਪੁਰਾਣੇ ਚਾਹੀਦੇ ਮੈਂ ਕਦੀ ਵੀ ਜਿੰਨੇ ਵੀ ਜਿੰਨੇ ਵੀ ਸੋਸ਼ਲਸ ਤੇ ਮੈਂ ਆਈਆਂ ਜਿੱਥੇ ਵੀ ਮੈਂ ਇਹ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਕਦੀ ਵੀ 올ਡ ਫੰਡ ਦੀ ਗੱਲ ਆਸਟ੍ਰੇਲੀਆ ਦੇ ਵਿੱਚ ਨਹੀਂ ਕੀਤੀ ਤੁਸੀਂ 28 ਦਿਨ ਪੁਰਾਣੇ ਲਿਆਓ 20 ਦਿਨ ਪੁਰਾਣੇ ਲਿਆਓ ਪਰ ਤੁਹਾਡੇ ਕੋਲ ਜਸਟੀਫਿਕੇਸ਼ਨ ਹੋਣੀ ਚਾਹੀਦੀ ਆ ਤੁਹਾਡੇ ਕੋਲ ਪੈਸਾ ਆਇਆ ਕਿੱਥੋਂ ਉਹ ਤੁਹਾਡਾ ਆਈਟੀਆਰ ਦੇ ਵਿੱਚ ਤੁਹਾਡੇ ਬਿਜ਼ਨਸ ਦੇ ਵਿੱਚ ਪੈਸਾ ਬੋਲਣਾ ਚਾਹੀਦਾ ਕਿ ਆਇਆ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਪੈਸਾ ਤੁਸੀਂ ਗਿਫਟ ਲੈ ਰਹੇ ਹੋ ਉਧਾਰ ਲੈ ਰਹੇ ਹੋ ਉਧਾਰਤਾ ਸੀ ਕਿਸੇ ਵੀ ਐਮਬੈਸੀ ਦੇ ਵਿੱਚ ਸ਼ੋ ਨਹੀਂ ਕਰ ਸਕਦੇ ਤੁਸੀਂ ਐਜ਼ ਅ ਗਿਫਟ ਨੂੰ ਪ੍ਰੇਜ਼ੈਂਟ ਕਰ ਸਕਦੇ ਹੋ ਕਿ ਮੈਨੂੰ ਇਹ ਸੇ ਮੇਰਾ ਰਿਸ਼ਤੇਦਾਰ ਹੈ ਇਹਨੇ ਮੈਨੂੰ ਇੰਨਾ ਪੈਸਾ ਗਿਫਟ ਦਿੱਤਾ ਤੇ ਉਸ ਚੀਜ਼ਾਂ ਨੂੰ ਬਿਲਕੁਲ ਤਰੀਕੇ ਨਾਲ ਸਟਰੀਮ ਲਾਈਨ ਕਰਕੇ ਆਪਾਂ ਵੀਜ਼ਾ ਲੈ ਸਕਦੇ ਆ ਜਰਨਲ ਜਿਆ ਇੱਕ ਕੁਐਸਚਨ ਰਹਿੰਦਾ ਬੱਚਿਆਂ ਦਾ ਕਿ ਆਰਟਸ ਵਾਲੇ ਜਿਹੜੇ ਬੱਚੇ ਆ ਪੰਜਾਬ ਔਰ ਹਰਿਆਣਾ ਦੇ ਬੱਚੇ ਕੀ ਉੱਥੇ ਕਾਲਜ ਯੂਨੀਵਰਸਿਟੀ ਐਡਮਿਸ਼ਨ ਦੇਣ ਲਈ ਰੈਡੀ ਨਹੀਂ ਆ ਬਿਲਕੁਲ ਰੈਡੀ ਆ ਅੱਛੀ ਪਰਸੈਂਟੇਜ ਹੋਣੀ ਚਾਹੀਦੀ ਆ ਤੁਹਾਡਾ ਇੱਕ ਕੋਰਸ ਸਿਲੈਕਸ਼ਨ ਅੱਛੀ ਹੋਣੀ ਚਾਹੀਦੀ ਆ ਰੈਡੀ ਆ ਬਟ ਸਾਡੇ ਵੱਲੋਂ ਇੱਕ ਸੁਜੈਸ਼ਨ ਹੁੰਦੀ ਆ ਕਿ ਗ੍ਰੈਜੂਏਸ਼ਨ ਕਰਕੇ ਜਾਓਗੇ ਤਾਂ ਬਹੁਤ ਹੀ ਵਧੀਆ ਗੱਲ ਆ ਜੀ ਜੀ ਬਿਲਕੁਲ ਮੈਂ ਉਮੀਦ ਕਰਦੀ ਆ ਕਿ ਸਟੂਡੈਂਟਸ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਕਿਉਂਕਿ ਕਈ ਵਾਰੀ ਮੈਂ ਹਮੇਸ਼ਾ ਦੇਖੋ ਵੀਡੀਓਜ਼ ਵਿੱਚ ਇਹ ਗੱਲ ਕਰਦੀ ਆ ਜ਼ਿਆਦਾਤਰ ਸਟੂਡੈਂਟ ਪੇਡ ਚਾਲ ਵਿੱਚ ਪੈ ਕੇ ਜੋ ਹੈ ਆਪਣਾ ਪ੍ਰੋਸੈਸ ਸ਼ੁਰੂ ਕਰਵਾ ਲੈਂਦੇ ਨੇ ਪਰ ਰਿਫਿਊਜ਼ਲਸ ਵੀ ਫੇਸ ਕਰਨੀਆਂ ਪੈਂਦੀਆਂ ਸੋ ਚੰਗੇ ਕੰਸਲਟੈਂਟ ਦੀ ਸਲਾਹ ਮੰਨ ਕੇ ਅੱਗੇ ਵਧੋਗੇ ਤਾਂ ਤੁਸੀਂ ਆਪਣੇ ਫਿਊਚਰ ਨੂੰ ਚੰਗੀ ਦਿਸ਼ਾ ਵੱਲ ਲਿਜਾਂਦਾ ਦੇਖ ਸਕਦੇ ਹੋ ਫਿਊਚਰ ਨੂੰ ਬ੍ਰਾਈਟ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਗੁਰਪ੍ਰੀਤ ਜੀ ਪਰ ਲਾਸਟ ਵਿੱਚ ਜ਼ਰੂਰ ਦੱਸਿਓ ਹੁਣ ਕਿਹੜੇ ਇਨਟੇਕ ਲਈ ਸਟੂਡੈਂਟਸ ਅਪਲਾਈ ਕਰੇ ਆ ਕਾਲਜਿਸ ਦੇ ਵਿੱਚ ਸਾਡੇ ਕੋਲ ਅਵੇਲੇਬਲ ਆ ਨਵੰਬਰ ਇਨਟੇਕ ਵੀ ਸਾਡੇ ਕੋਲ ਅਵੇਲੇਬਲ ਆ ਅਕਤੂਬਰ ਨਵੰਬਰ ਇਨਟੇਕ ਲਈ 2022 ਪਾਸ ਆਊਟ ਬੱਚਾ ਜਿਹੜਾ ਅਪਲਾਈ ਕਰ ਸਕਦਾ ਹੈ ਲਾਸਟ অপਸ਼ਨ ਹੈ ਜਨਵਰੀ 2024 ਦੇ ਵਿੱਚ ਉਹ ਬੱਚਾ 2022 ਵਾਲਾ ਅਪਲਾਈ ਨਹੀਂ ਕਰ ਸਕਦਾ ਇਸ ਕਰਕੇ ਇਹ ਲਾਸਟ ਮੌਕਾ ਹੈ 2022 ਵਾਲੇ ਸਟੂਡੈਂਟਸ ਤੇ ਜੀ ਜੀ ਸੋ ਜ਼ਰੂਰ ਸਟੂਡੈਂਟਸ ਇਸ ਸਮੇਂ ਦਾ ਵੱਤਵਤ ਫਾਇਦਾ ਲੈਣ ਅਗਰ ਹਲੇ ਵੀ ਤੁਸੀਂ ਅਪਲਾਈ ਨਹੀਂ ਕੀਤਾ ਟਾਈਮਲੀ ਅਪਲਾਈ ਕਰ ਲਓ ਜੇਕਰ ਆਸਟ੍ਰੇਲੀਆ ਸਟਡੀ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਸੋ ਕੋਈ ਡਾਊਟ ਹੈ ਆਪਣੀ ਪ੍ਰੋਫਾਈਲ ਨੂੰ ਲੈ ਕੇ ਅਪਲਾਈ ਕਰਨ ਨੂੰ ਲੈ ਕੇ ਜਿਹੜਾ ਨੰਬਰ ডিসਪਲੇਸ ਉੱਪਰ ਵੀ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਥੈਂਕਸ ਤੁਸੀਂ ਹਮੇਸ਼ਾ ਹੀ ਸਟੂਡੈਂਟਸ ਨੂੰ ਬਹੁਤ ਚੰਗੇ ਢੰਗ ਨਾਲ ਗਾਈਡ ਕਰਦੇ ਹੋ ਉਹਨਾਂ ਨੂੰ ਚੰਗਾ ਰਾਹ ਦਿਖਾਉਂਦੇ ਹੋ ਕਿ ਅੱਗੇ ਵਧਣਾ ਹੈ ਤਾਂ ਕਿਹੜੇ ਚੰਗੇ ਢੰਗ ਨਾਲ ਲੱਗੇ ਵਧਣ ਤੇ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੀ ਸਵਾਲ ਤੁਸੀਂ ਆਪਣੇ ਜਿਹੜੇ ਕਮੈਂਟਸ ਦੇ ਜ਼ਰੀਏ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਹੈ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰ ਦੇਣਾ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀ Thank you.